ਕੰਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਅੱਜ ਅਸੀਂ ਪੰਜਾਬ ਦੇ ਵਿੱਚ ਕਰੋਨਾ ਦੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕਰਾਂਗੇ। ਪੰਜਾਬ ਦੇ ਵਿੱਚ ਕਰੋਨਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਦਰ ਦੇ ਮਾਮਲੇ ਵਿੱਚ ਪੰਜਾਬ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ ਅਤੇ ਪਿਛਲੇ ਦਿਨ ਬੁੱਧਵਾਰ ਨੂੰ ਪੰਜਾਬ ਨੇ ਇਸ ਵਿੱਚ ਮਹਾਰਾਸ਼ਟਰ ਅਤੇ ਗੁਜਰਾਤ ਨੂੰ ਵੀ ਪਛਾੜ ਦਿੱਤਾ ਹੈ ਅਤੇ ਪੰਜਾਬ ਵਿੱਚ ਮੌਤ ਦੀ ਦਰ 2.95% ਪਹੁੰਚ ਗਈ ਹੈ, ਜਦਕਿ ਗੁਜਰਾਤ ਵਿੱਚ ਇਹ ਦਰ 2.91% ਅਤੇ ਮਹਾਰਾਸ਼ਟਰ ਵਿੱਚ 2.90% ਹੈ। ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਜਿੱਥੇ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਮੌਤ ਦਰ ਵੀ ਵੱਧ ਰਹੀ ਹੈ। ਪੰਜਾਬ ਵਿੱਚ ਬੁੱਧਵਾਰ ਨੂੰ 71 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2137 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਨੇ। ਹੁਣ ਤੱਕ ਰਾਜ ਵਿੱਚ 69,684 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਨੇ, ਜਦੋਂ ਕਿ ਇਹਨਾਂ ਵਿੱਚ 2061 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਵੱਖ ਵੱਖ ਜ਼ਿਲ੍ਹਿਆਂ ਵਿੱਚ 1231 ਮਰੀਜ਼ਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ। ਅੱਜ ਰਾਜ ਵਿੱਚ 4 ਮਰੀਜ਼ਾਂ ਨੂੰ ਵੈਂਟੀਲੇਟਰ ਸਹਾਇਤਾ ਦਿੱਤੀ ਗਈ ਹੈ, ਇਸ ਤੋਂ ਇਲਾਵਾ 16 ਮਰੀਜ਼ਾਂ ਨੂੰ ICU ਵਿੱਚ ਸ਼ਿਫਟ ਕੀਤਾ ਗਿਆ। ਬੀਤੇ ਦਿਨੀ ਹੋਣ ਵਾਲੀਆਂ 71 ਮੌਤਾਂ ਦੇ ਵਿੱਚੋਂ ਅੰਮ੍ਰਿਤਸਰ ਦੀਆਂ 3, ਬਠਿੰਡਾ ਵਿੱਚ 5, FG ਸਾਹਿਬ ਦੀਆਂ 4, ਫਾਜ਼ਿਲਕਾ ਦੀ 1, ਫਿਰੋਜ਼ਪੁਰ ਵਿੱਚ 1, ਗੁਰਦਾਸਪੁਰ ਤੋਂ 2, ਹੁਸ਼ਿਆਰਪੁਰ 'ਚ 4, ਜਲੰਧਰ ਵਿੱਚ 11, ਕਪੂਰਥਲਾ ਵਿੱਚ 6, ਲੁਧਿਆਣਾ ਵਿੱਚ 13, ਮਾਨਸਾ ਵਿੱਚ 1, ਮੋਗਾ ਵਿੱਚ 1, SBS ਨਗਰ ਵਿੱਚ 4, ਪਠਾਨਕੋਟ ਵਿੱਚ 1, ਪਟਿਆਲਾ ਵਿੱਚ 8, ਰੂਪਨਗਰ ਵਿੱਚ 1 ਅਤੇ ਸੰਗਰੂਰ ਦੇ ਵਿੱਚ 5 ਮਰੀਜ਼ ਸ਼ਾਮਲ ਨੇ। ਕਰੋਨਾ ਮਹਾਂਮਾਰੀ ਦੇ ਚੱਲਦੇ ਪੰਜਾਬ ਸਰਕਾਰ ਦੁਆਰਾ ਹੁਣ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਨੇ। ਇਹਨਾਂ ਦੇ ਅਨੁਸਾਰ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਐਤਵਾਰ ਨੂੰ ਮੁਕੰਮਲ ਕਰਫਿਊ ਰਹੇਗਾ। ਹੁਕਮਾਂ ਵਿੱਚ ਸਾਫ਼ ਆਖਿਆ ਗਿਆ ਹੈ ਕਿ ਨਾਈਟ ਕਰਫਿਊ ਦੌਰਾਨ ਵੀ ਕਿਸੇ ਤਰ੍ਹਾਂ ਦੀ ਗੈਰ ਜ਼ਰੂਰੀ ਆਵਾਜਾਈ ਨਹੀਂ ਹੋ ਸਕੇਗੀ। ਨਾ ਪੁਆਇੰਟ ਆਫ ਦ ਮੈਟਰ ਇਜ਼ ਕਿ ਆਪਾਂ ਨੂੰ ਇਹ ਗੱਲਾਂ ਪਹੁੰਚਾਉਣੀਆਂ ਚਾਹੀਦੀਆਂ ਨੇ, ਅਗਰ ਨਹੀਂ ਇਹ ਸੁਣਦੇ ਫਿਰ ਆਪਣੀ ਡਿਊਟੀ ਬਣ ਜਾਂਦੀ ਹੈ, ਬਿਕਾਜ਼ ਐਜ਼ ਅ ਨੋਟ ਓਨਲੀ ਆਪਾਂ ਪੋਲੀਟੀਕਲ ਆਪਾਂ ਪੋਲੀਟੀਕਲੀ ਚੁਣੇ ਗਏ ਹਾਂ, ਐਜ਼ ਜਸਟ ਸਿਟੀਜ਼ਨਸ ਆਫ ਪੰਜਾਬ ਸਾਡੇ ਐਜ਼ ਇਟਸ ਆ ਸੋਸ਼ਲ ਡਿਊਟੀ ਕਿ ਆਪਾਂ ਜਾ ਕੇ ਆਪਣੇ ਲੋਕਾਂ ਨੂੰ ਸਮਝਾਈਏ ਕਿ ਇਹ ਭਾਈ ਨਾ ਕਰੋ, ਤੁਸੀਂ ਆਪਣੇ ਪਰਿਵਾਰਾਂ ਨੂੰ ਖਤਮ ਕਰੋਗੇ, ਪਿੰਡਾਂ ਨੂੰ ਆਪਣੇ ਸ਼ਹਿਰਾਂ ਦੇ ਵਿੱਚ ਤੁਸੀਂ ਬਿਮਾਰੀ ਪਹੁੰਚਾਓਗੇ। ਦਿਸ ਇਜ਼ ਸਮਥਿੰਗ ਦੈਟ ਹੈਜ਼ ਟੂ ਬੀ ਡਨ। ਇਹ ਮੇਰੇ ਕੋਲ ਅੰਕੜੇ ਨੇ ਬਿਟਵੀਨ ਡੈਲੀ ਐਂਡ ਪੰਜਾਬ। ਹੁਣ ਤੁਸੀਂ ਦੇਖਿਓ ਹੁਣ ਆਪਣੇ ਵਿਰੋਧੀ ਕੀ ਕਹਿੰਦੇ ਨੇ ਕਿ ਦਿੱਲੀ 'ਚ ਇੰਨਾ ਵਧੀਆ ਕੰਮ ਹੋ ਰਿਹਾ ਜੀ, ਪੰਜਾਬ ਬੜਾ ਮਾੜਾ ਹਾਲ ਹੋ ਗਿਆ। ਲੈਟ ਮੀ ਟੈਲ ਯੂ, ਅੱਜ ਪਾਪੂਲੇਸ਼ਨ ਦਿੱਲੀ ਦੀ ਕਿੰਨੀ ਹੈ? 1,90,00,000, ਔਰ ਪੰਜਾਬ ਦੀ ਕਿੰਨੀ ਹੈ? 2,80,00,000। ਕੇਸਿਸ ਦਿੱਲੀ 'ਚ ਕਿੰਨੇ ਹੋਏ ਨੇ? 1,97,000, ਔਰ ਪੰਜਾਬ ਵਿੱਚ ਕਿੰਨੇ ਹੋਏ ਨੇ? 67,000। ਸੋ ਰਫਲੀ ਮਤਲਬ ਵਨ ਥਰਡ ਦੇ ਕਰੀਬ। ਔਰ ਮੌਤਾਂ ਕਿੰਨੀਆਂ ਹੋਈਆਂ ਨੇ? ਪੰਜਾਬ ਦੇ ਵਿੱਚ 1990 ਔਰ ਦਿੱਲੀ ਦੇ ਵਿੱਚ 4,618। ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਅਸੀਂ ਕੋਈ ਕੰਪਟੀਸ਼ਨ ਦੇ ਵਿੱਚ ਪਏ ਹੋਏ ਹਾਂ। ਵੀ ਵਿਸ਼ ਕਿ ਦਿੱਲੀ ਦੇ ਵਿੱਚ ਵੀ ਹਾਲਾਤ ਸੁਧਰਨ। ਇਹ ਜਿਹੜੀਆਂ ਜਿਹੜੇ ਕਰੋਨਾ ਵੱਧ ਰਿਹਾ ਜਾਂ ਮੌਤਾਂ ਵੱਧ ਰਹੀਆਂ ਨੇ, ਦਿਸ ਸ਼ੁੱਡ ਨੋਟ ਹੈਪਨ। ਪੂਰੇ ਹਿੰਦੁਸਤਾਨ 'ਚ ਨਹੀਂ ਹੋਣਾ ਚਾਹੀਦਾ, ਸਾਰੇ ਆਪਣੀ ਡਿਊਟੀ ਹੈ ਕਿ ਆਪਣੇ ਮੁਲਕ ਨੂੰ ਔਰ ਆਪਣੇ ਦੇਸ਼ ਨੂੰ ਔਰ ਸੂਬੇ ਨੂੰ ਆਪਾਂ ਠੀਕ ਰੱਖੀਏ। ਪਰ ਇਹ ਜਿਹੜਾ ਇੱਕ ਕੰਪਟੀਸ਼ਨ ਬਣਾਉਣ ਦੀ ਕਰਤੀ ਵਿਰੋਧੀ ਧਿਰ ਨੇ, ਇਹ ਸਿਰਫ ਪੰਜਾਬ 'ਚ ਹੋ ਰਿਹਾ, ਨੋਟ ਇਨ ਹਰਿਆਣਾ, ਨੋਟ ਇਨ ਹਿਮਾਚਲ, ਨੋਟ ਕਿਤੇ। ਉੱਥੇ ਸਟੇਟ ਗਵਰਨਮੈਂਟਸ ਦੀ ਮਦਦ ਕਰ ਰਹੀ ਹੈ ਬਾਕੀ ਜਿਹੜੇ ਪਾਰਟੀਜ਼ ਨੇ, ਚਾਹੇ ਕਾਂਗਰਸ ਪਾਰਟੀ ਹੈ ਚਾਹੇ ਹੋਰ। ਆਪਾਂ ਜੋ BJP ਦੀ ਹੈ ਹਿਮਾਚਲ 'ਚ ਜਾਂ BJP ਦੀ ਹਰਿਆਣਾ 'ਚ, ਵੀ ਆਰ ਹੈਲਪਿੰਗ। ਸਾਡੀ ਡਿਊਟੀ ਬਣਦੀ ਹੈ। ਕਾਂਗਰਸ ਪ੍ਰੈਜ਼ੀਡੈਂਟ ਨੇ ਆਪ ਕਿਹਾ ਕਿ ਔਨ ਦਿਸ ਮੈਟਰ ਆਫ ਕਰੋਨਾ ਵੀ ਵਿਲ ਸਪੋਰਟ ਦ ਗਵਰਨਮੈਂਟ ਫੁਲੀ। ਲੇਕਿਨ ਇੱਥੇ ਇਹੀ ਆਮ ਆਦਮੀ ਵਾਲੇ ਜਾਂ ਅਕਾਲੀ ਦਲ ਵਾਲੇ ਉਲਟਾ ਸਾਡੇ 'ਤੇ ਇਸ ਗੱਲ 'ਤੇ, ਦੇ ਆਰ ਨੋਟ ਸਪੋਰਟਿੰਗ ਦ ਗਵਰਨਮੈਂਟ। ਅਮੈਰੀਕਾ ਤੋਂ ਹੈ ਕੋਈ ਪੰਜਾਬ 84 ਹੈ, ਨੇ ਕਹਿ ਕੋਈ ਉਹ ਵਟ ਇਜ਼ ਨੇਮ ਫਾਸਟ ਵੇ ਫਰੋਮ ਅਮੈਰੀਕਾ, ਉਹ ਵੀ ਇਹੋ ਜਿਹੀ ਗੱਲਾਂ ਕਰਦੇ ਨੇ। ਚਲੋ ਉਹਨਾਂ ਨੂੰ ਤਾਂ ਅਸੀਂ ਡੀਲ ਵਿਦ ਦਮ ਐਂਡ ਇਹਨਾਂ ਨਾਲ ਵੀ ਡੀਲ ਕਰਾਂਗੇ। ਆਈ ਹੈਵ ਸਟ੍ਰਿਕਟਲੀ ਟੋਲਡ ਦ ਪੁਲਿਸ, ਸਾਈਬਰ ਡਿਪਾਰਟਮੈਂਟ ਨੂੰ ਵਰਤੋ, ਪਤਾ ਕਰੋ ਕਿ ਕੌਣ ਹੈ, ਐਂਡ ਵੀ ਮਸਟ ਟੇਕ ਫੁੱਲ ਐਕਸ਼ਨ ਅਗੇਂਸਟ ਇੱਥੇ। ਔਰ ਜਿਹੜੇ ਬਾਹਰਲੇ ਸੂਬੇ ਨੇ, ਵੀ ਵਿਲ ਟੇਕ ਐਕਸ਼ਨ ਵਾਇਆ ਗਵਰਨਮੈਂਟ ਆਫ ਇੰਡੀਆ ਐਫ ਨੈਸਰੀ, ਐਂਡ ਔਲਸੋ ਆਈ ਐਮ ਟੇਕਿੰਗ ਦਿਸ ਮੈਟਰ ਆਫ ਵਿਦ ਦੀ ਹਾਈ ਕਮਿਸ਼ਨ ਐਮਬੈਸੀ ਇਨ ਅਮੈਰੀਕਾ, ਤਾਂ ਕਿ ਇਹ ਦੋਨੋਂ ਜਿਹੜੇ ਚੈਨਲਸ ਨੇ ਅਮੈਰੀਕਾ ਚੈਨਲ ਨੇ, ਦੇ ਮਸਟ ਐਟ ਦੈਟ ਲੈਵਲ ਡੂ ਸਮਥਿੰਗ। ਸੋ ਆਈ ਥਿੰਕ ਵੀ ਸ਼ੁੱਡ ਰਿਮੈਂਬਰ ਦਿਸ, ਆਈ ਟੋਕ ਟੂ ਦੀ ਅੰਬੈਸਡਰ ਟਮੋਰੋ ਮੋਰਨਿੰਗ ਐਂਡ ਸੀ ਦਿਸ। ਕਈ ਲੋਕ ਨੇ ਜਿਹੜੇ ਵਿਚਾਰੇ ਸਵੇਰੇ ਨਿਕਲਦੇ ਨੇ, ਆਪਣੀ ਦਿਹਾੜੀ ਕਮਾਉਂਦੇ ਨੇ, ਔਰ ਸ਼ਾਮ ਤੱਕ ਉਹ ਦਿਹਾੜੀ ਨਾਲ ਆਪਣੇ ਬੱਚਿਆਂ ਨੂੰ ਰੋਟੀ ਖਵਾਉਂਦੇ ਨੇ। ਉਹ ਬੰਦੇ ਇਫ ਦੇ ਆਰ ਕੋਵਿਡ ਪੋਜ਼ਿਟਿਵ, ਉਹ ਜਾਂਦੇ ਨਹੀਂ ਆਪਣਾ ਕੋਵਿਡ ਦਾ ਟੈਸਟ ਕਰਾਉਣ ਵਾਸਤੇ, ਕਿਉਂਕਿ ਉਹ ਸਮਝਦੇ ਨੇ ਕਿ ਫਿਰ ਸਾਨੂੰ ਆਪਣੇ ਪੂਰੇ ਟੱਬਰ ਨਾਲ ਹੀ ਘਰ ਦੇ ਵਿੱਚ ਉਹਨਾਂ ਨੂੰ ਸਾਨੂੰ ਬੰਦ ਕਰ ਦੇਣਾ, ਔਰ ਫਿਰ ਅਸੀਂ ਰੋਟੀ ਕੈਸੇ ਖਵਾਵਾਂਗੇ ਉਹਨਾਂ ਨੂੰ।
ਸੱਤ ਦਿਨ ਜਾਂ ਅੱਠ ਦਿਨ ਜਾਂ ਦਸ ਦਿਨ ਜਿੰਨਾ ਵੀ ਰੱਖਣਗੇ। ਦੇਰਫੋਰ ਮੈਂ ਇਹ ਗੱਲ ਕਹਿਣਾ, ਮੈਂ ਡਿਪਟੀ ਕਮਿਸ਼ਨਰ ਨੂੰ ਅਸੀਂ ਭੇਜ ਰਹੇ ਹਾਂ, ਪਟਿਆਲਾ ਨੇ ਸ਼ੁਰੂ ਕਰਤਾ, ਵੀ ਆਈ ਵਾਂਟ ਆਲ ਡਿਪਟੀ ਕਮਿਸ਼ਨਰ, ਔਰ ਉਹਦੇ ਵਿੱਚ ਸਾਡੇ ਪਾਰਟੀ ਨੇ ਮਦਦ ਸਾਨੂੰ ਕਰਨੀ ਪਏਗੀ ਉਹਨਾਂ ਦੀ, ਕਿ ਫੂਡ ਪੈਕਟਸ ਬਣਾਓ 10 ਦਿਨ ਦੇ, ਤਾਂ ਕਿ ਜਿੱਥੇ ਕੋਈ ਗਰੀਬ ਪਰਿਵਾਰ ਦਾ ਬੰਦਾ ਹੈ ਉਹ ਟੈਸਟ ਕਰਾ ਲਿਆ, ਔਰ ਅਗਰ ਉਹ ਪੋਜ਼ਿਟਿਵ ਨਿਕਲੇ ਔਰ ਉਹ ਕੁਆਰੰਟੀਨ ਜਾਏ 10 ਦਿਨ ਦਾ, ਉਹਦੇ ਪਰਿਵਾਰ ਦੀ ਰੋਟੀ ਦਾ ਪ੍ਰਬੰਧ ਉੱਥੇ ਆਪਾਂ ਕਰ ਸਕੀਏ। ਦੈਟ ਇਜ਼ ਵਨ ਵੇ ਆਫ ਕੀਪਿੰਗ ਦਿਸ ਅੰਡਰ ਕੰਟਰੋਲ। ਜਦੋਂ ਵੀ ਤੁਹਾਨੂੰ ਥੋੜ੍ਹਾ ਬਹੁਤਾ ਵੀ ਕੋਈ ਤਕਲੀਫ ਹੋਏ ਕਿ ਲੱਗੇ ਕਿ ਮੈਂ ਅੱਜ ਮੇਰੀ ਤਬੀਅਤ ਠੀਕ ਨਹੀਂ, ਪਤਾ ਨਹੀਂ ਕੀ ਹੈ ਪਰ ਠੀਕ ਨਹੀਂ, ਗੋ ਟੂ ਯੋਰ ਡਾਕਟਰ। ਡਾਕਟਰ ਨੂੰ ਫੈਸਲਾ ਕਰਨ ਦਿਓ ਕਿ ਤੁਸੀਂ ਕੋਵਿਡ ਦਾ ਕਰਾਉਣਾ ਜਾਂ ਨਹੀਂ ਕਰਾਉਣਾ। ਤੁਸੀਂ ਆਪਣੇ ਵਰਕਰ ਸਰਪੰਚਾਂ ਨੂੰ ਸਾਰਿਆਂ ਨੂੰ ਐਕਟੀਵੇਟ ਕਰੋ। ਆ ਜਿਹੜਾ ਕੁਛ ਇਹ ਹੋ ਰਿਹਾ, ਇਹ ਪਬਲਿਸਿਟੀ, ਗਲਤ ਪਬਲਿਸਿਟੀ ਹੋ ਰਹੀ ਹੈ, ਆਈ ਥਿੰਕ ਦੇ ਸ਼ੁੱਡ ਬੀ ਟੋਲਡ, ਦੋ ਦ ਪੁਲਿਸ ਇਜ਼ ਟੇਕਿੰਗ ਐਕਸ਼ਨ। ਅਸੀਂ ਵੀ ਆਰ ਯੂਜ਼ਿੰਗ ਆਰ ਸਾਈਬਰ ਕ੍ਰਾਈਮ ਪੀਪਲ, ਵੀ ਆਰ ਟ੍ਰੇਸਿੰਗ ਦੀਸ ਪੀਪਲ ਆਊਟ ਐਂਡ ਦੇ ਵਿਲ ਬੀ ਪ੍ਰੋਪਰਲੀ, ਦੇ ਹੈਵ ਟੂ ਡੀਲ, ਦੇ ਵਿਲ ਬੀ ਡੈਲਟ ਵਿਦ ਅਕੋਰਡਿੰਗ ਟੂ ਦ ਲੋ। ਲੇਕਿਨ ਇਹਦੇ ਵਿੱਚ ਆਪਾਂ ਵੀ ਅਗਰ ਲੋਕਾਂ ਨੂੰ ਸਮਝਾ ਸਕੀਏ ਕਿ ਕੀ ਰੀਜ਼ਨਸ ਹੋਣਗੀਆਂ, ਤਾਂ ਕਿ ਪਲੀਜ਼ ਕਮ ਕੁਇਕਲੀ ਟੂ ਟ੍ਰੀਟਮੈਂਟ, ਵੇਟ, ਆਪਣਾ ਟਾਈਮ ਨਾ ਵੇਸਟ ਕਰੋ। ਇਹਦਾ ਹੈਲਥ ਪ੍ਰੋਟੋਕੋਲ ਜਿਹੜਾ ਹੈ ਇਹ ਆਪਾਂ ਸਰਪੰਚਾਂ ਨੂੰ ਦੱਸ ਦਈਏ, ਜਿਹੜੇ ਇਹ ਵੀ ਪਤਾ ਪਿੰਡਾਂ, ਹਰ ਪਿੰਡ ਦੇ ਵਿੱਚ ਪਤਾ ਹੋਊਗਾ, ਸ਼ਹਿਰਾਂ 'ਚ ਮੁਸ਼ਕਲ ਹੈ, ਲੇਕਿਨ ਪਿੰਡਾਂ 'ਚ ਪਤਾ ਹੋਊਗਾ ਕਿ ਕਿਹੜੇ ਮਿਸਚਿਫ ਮੇਕਰਸ ਨੇ, ਔਰ ਇਹ ਸਾਨੂੰ ਪਹੁੰਚਾ ਦਿਓ ਜਾਂ ਆਪਣੇ ਆਪਣੇ MLA ਸਾਹਿਬਾਨਾਂ ਨੂੰ ਪਹੁੰਚਾ ਲਓ ਜਾਂ ਤੁਹਾਡੇ ਵਰਕਰ ਨੂੰ ਕੋਈ ਤੁਹਾਨੂੰ ਦੱਸ ਦੇਵੇ, ਤਾਂ ਕਿ ਇਹਨਾਂ 'ਤੇ ਅਸੀਂ ਐਕਸ਼ਨ ਲੈ ਸਕੀਏ। ਐਂਡ ਆਲ ਦੀ ਐਡਮਿਨਿਸਟ੍ਰੇਸ਼ਨ ਫਰੋਮ ਆਰ ਚੀਫ ਸੈਕਟਰੀ ਡਾਊਨਵਰਡ, ਐਵਰੀ ਡੇ ਇਟ ਇਜ਼ ਬੀਂਗ ਮੋਨੀਟਰਡ, ਐਵਰੀ ਡੇ ਇੰਸਟਰਕਸ਼ਨ ਆਰ ਬੀਂਗ ਗਿਵਨ, ਐਵਰੀ ਡੇ ਵੀ ਆਰ ਡੂਇੰਗ ਵਟ ਐਵਰ ਇਜ਼ ਪੋਸੀਬਲ, ਐਂਡ ਦੈਟ ਇਜ਼ ਵਾਈ ਪੰਜਾਬ ਦੇ ਅੱਜ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਵੀ ਆਰ ਲੋਅਰ ਡਾਊਨ ਇਨ ਦਿਸ ਸਟੇਟ, ਬਟ ਆਈ ਐਮ ਸਟਿਲ ਨੋਟ ਹੈਪੀ। ਹਰ ਪੰਜਾਬੀ ਦੀ ਜਾਨ ਆਪਣੇ ਵਾਸਤੇ ਪਿਆਰੀ ਹੈ, ਐਂਡ ਆਪਾਂ ਵੀ ਹੈਵ ਟੂ ਇਨਸ਼ੋਰ ਦੈਟ ਇਹਦੇ ਜਿਹੜੇ ਕੈਜੂਅਲਟੀਜ਼ ਹੋਣੀਆਂ ਨੇ ਔਰ ਡੈਥ ਫਿਗਰਸ ਆਰ ਟੇਕਿੰਗ ਪਲੇਸ, ਵਿਚ ਸ਼ੁੱਡ ਨੋਟ ਹੈਪਨ। ਫਿਗਰਸ ਤਾਂ ਦੇ ਆਰ ਕੁਆਇਟ ਸਬਸਟੈਂਸ਼ੀਅਲ, ਵੀ ਹੈਡ 1990 ਜੈਸੇ ਤੁਹਾਨੂੰ ਦੱਸਿਆ ਹੋਇਆ, ਪਰ ਕੱਲ੍ਹ 67 ਮੌਤਾਂ ਹੋਈਆਂ ਨੇ ਆਪਣੀਆਂ, ਕੱਲ੍ਹ ਆਪਣੇ 67,547 ਆਪਣੇ ਟੋਟਲ ਕੇਸਿਸ ਨੇ, 1964 ਕੱਲ੍ਹ ਹੋਏ ਨੇ ਸਿਰਫ, ਵਿਚ ਮੀਨਸ ਇਟ ਇਜ਼ ਦੇਅਰ, ਇਟ ਇਜ਼ ਦੇਅਰ। ਜੈਸੇ ਡਾਕਟਰ ਰਾਜਕੁਮਾਰ ਨੇ ਕਿਹਾ, ਵੀ ਆਰ ਡੂਇੰਗ, ਜਦੋਂ ਆਪਾਂ ਨੇ ਮਾਰਚ ਸ਼ੁਰੂ ਕੀਤਾ ਸੀ ਆਪਣੇ 200 ਕੇਸਿਸ, 200 ਟੈਸਟਿੰਗ ਹੁੰਦੀ ਸੀ ਡੇਲੀ, ਨਾਓ ਵੀ ਆਰ ਗੋਇੰਗ ਟੂ ਬਾਈ ਦੀ ਐਂਡ ਆਫ ਦਿਸ ਮੰਥ ਟੱਚ 30,000, ਹੁਣ 20,000 ਤੋਂ ਉੱਪਰ ਹੈ। ਯੈਸਟਰਡੇ ਵਾਜ਼ ਇਨ ਫੈਕਟ ਵੈਰੀ ਗੁੱਡ, 28,688 ਟੈਸਟ ਜਿਹੜੇ ਕੀਤੇ ਗਏ ਸੀ, ਸੋ ਵੀ ਆਰ ਰੀਚਿੰਗ 30,000 ਵੈਰੀ ਕੁਇਕਲੀ। ਡਿਸਚਾਰਜ ਵੀ ਬੜੇ ਹੋ ਗਏ ਨੇ ਸਾਡੇ, ਨੀਅਰਲੀ 50,000, 49,327 ਦਾ ਕੱਲ੍ਹ ਤੱਕ ਡਿਸਚਾਰਜ ਹੋ ਗਏ ਨੇ ਟ੍ਰੀਟਮੈਂਟ ਤੋਂ ਬਾਅਦ। ਸੋ ਵੀ ਆਰ ਹੈਪੀ ਦੈਟ ਸਮਥਿੰਗ ਇਜ਼ ਬੀਂਗ ਡਨ, ਬਟ ਯੈਟ ਵੀ ਹੈਵ ਟੂ ਪ੍ਰੀਵੈਂਟ ਮੋਰ ਡੈਥਸ, ਆਰ ਕੋਨਸਨਟ੍ਰੇਸ਼ਨ ਸ਼ੁੱਡ ਬੀ ਔਨ ਪ੍ਰੀਵੈਂਟਿੰਗ ਡੈਥਸ, ਐਂਡ ਉਹਦੇ ਵਿੱਚ ਐਵਰੀ ਵਨ ਹੈਜ਼ ਟੂ ਪਲੇ ਅ ਰੋਲ, ਫਰੋਮ ਦ ਚੀਫ ਮਿਨਿਸਟਰ, ਚੀਫ ਸੈਕਟਰੀ, ਡਾਊਨ ਟੂ ਐਵਰੀ ਬੋਡੀ, ਆਲ ਮਾਈ ਕੋਲੀਗਸ MLAs, ਆਲ ਮਾਈ ਕੋਲੀਗਸ ਮਿਨਿਸਟਰਸ, ਆਲ ਸਾਡੇ ਕਾਂਗਰਸ ਵਰਕਰਸ, ਆਲ ਗਵਰਨਮੈਂਟ ਓਫੀਸ਼ਲਸ, ਆਲ ਆਰ ਸੈਕਟਰੀਜ ਡਾਊਨਵਰਡਸ, ਐਵਰੀ ਵਨ ਹੈਜ਼ ਟੂ ਪਲੇ ਇਜ਼ ਰੋਲ ਇਨ ਦਿਸ ਥਿੰਗ, ਐਂਡ ਲੈਟ ਅਸ ਵਰਕ ਟੂਗੈਦਰ ਐਂਡ ਗੈਟ ਪੰਜਾਬ ਆਊਟ ਆਫ ਦਿਸ। ਐਂਡ ਵਨ ਲਾਸਟ ਵਨ ਥਿੰਗ, ਕੰਸਟਰਕਸ਼ਨ ਵਰਕਰਸ ਜਿਹੜੇ ਹੈ ਕੋਈ, ਵੀ ਹੈਵ ਸਮ ਮਨੀ ਇਨ ਦ ਕੰਸਟਰਕਸ਼ਨ ਵਰਕਰਸ ਫੰਡ, ਐਂਡ ਇਫ ਦੇਰ ਆਰ ਐਨੀ ਕੰਸਟਰਕਸ਼ਨ ਵਰਕਰਸ ਹੂ ਹੈਵ ਟੈਸਟ ਪੋਜ਼ਿਟਿਵ ਦੱਸ ਦਿਓ, ਕਿਉਂਕਿ ਵੀ ਕੈਨ ਗਿਵ ਦਮ ਅਪ ਟੂ 1,500 ਰੁਪੀਜ਼ ਟੂ ਅਸਿਸਟ ਵਿਦ ਦਮ।